ਅਮਾਜ਼ਾਨ ਦੇ ਵੱਲੋਂ 11 ਬੋਇੰਗ 767 300 ਜਹਾਜ਼ ਖਰੀਦਣ ਦਾ ਐਲਾਨ ਕੀਤਾ ਗਿਆ ਹੈ। ਅਮਾਜ਼ਾਨ ਨੇ 4 ਜਹਾਜ਼ ਕੈਲਗਰੀਸ ਸਥਿਤ ਵੈਸਟ ਜੈਟ ਤੋਂ ਵੀ ਖਰੀਦੇ ਹਨ। ਆਨਲਾਈਨ ਰਿਟੇਲਰ ਅਨੁਸਾਰ ਇਹ ਜਹਾਜ਼ ਮਾਰਚ 2020 ਦੇ ਵਿੱਚ ਵੈਸਟ ਜੈਟ ਤੋਂ ਖਰੀਦੇ ਗਏ ਸਨ ਤੇ ਇਸ ਸਾਲ ਇਹਨਾਂ ਨੂੰ ਪੈਸੇਂਜਰ ਤੋਂ ਕਾਰਗੋ ਦੇ ਵਿੱਚ ਤਬਦੀਲ ਜਿਹੜਾ ਉਹ ਕੀਤੇ ਜਾਣ ਤੋਂ ਬਾਅਦ ਅਮਾਜ਼ਾਨ ਦੇ 에ਅਰ ਫਲੀਟ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ। ਇਹਨਾਂ ਜਹਾਜ਼ਾਂ ਨੂੰ ਕਿੰਨੇ ਦੇ ਵਿੱਚ ਖਰੀਦਿਆ ਗਿਆ ਇਸ ਬਾਰੇ ਅਜੇ ਕੋਈ ਖੁੱਲਕੇ ਜਾਣਕਾਰੀ ਸਾਹਮਣੇ ਨਹੀਂ ਦਿੱਤੀ ਗਈ ਹੈ। ਅਮਾਜ਼ਾਨ ਨੇ ਆਖਿਆ ਕਿ ਬਾਕੀ ਦੇ 7 ਤੋ ਜਹਾਜ਼ ਡੈਲਟਾ 에ਅਰਲਾਈਨਸ ਤੋਂ ਖਰੀਦੇ ਗਏ ਨੇ ਮੰਗਲਵਾਰ ਨੂੰ ਜਾਰੀ ਕੀਤੇ ਗਏ ਬਿਆਨ ਦੇ ਵਿੱਚ Amazon Global Air ਦੀ ਵਾਈਸ ਪ੍ਰੈਜ਼ੀਡੈਂਟ ਸਾਰਾ ਰੋਡਸ ਨੇ ਆਖਿਆ ਹੈ ਕਿ ਸਾਡਾ ਟੀਚਾ ਅਮਰੀਕਾ ਭਾਰ ਦੇ ਵਿੱਚ ਆਪਣੇ ਗਾਹਕਾਂ ਨੂੰ ਉਹਨਾਂ ਦੀਆਂ ਮੰਗਵਾਈਆਂ ਚੀਜ਼ਾਂ ਦੀ ਡਿਲੀਵਰੀ ਸਮੇਂ ਸਿਰ ਕਰਦੇ ਰਹਿਣਾ ਹੈ ਅਸੀਂ ਚਾਹੁੰਦੇ ਹਾਂ ਕਿ Amazon ਤੋਂ ਜੋ ਸਾਡੇ ਗਾਹਕ ਉਮੀਦ ਕਰਦੇ ਹਨ ਅਸੀਂ ਉਹਨਾਂ ਦੇ ਉੱਤੇ ਖਰਾ ਉਤਰਾਂ ਚਾਹੁੰਦੇ ਹਾਂ ਸੋ ਇਸੇ ਲਈ ਇਹ ਜਹਾਜ਼ ਖਰੀਦਣਾ ਸਾਡੇ ਏਜੰਡੇ 'ਚ ਸ਼ਾਮਿਲ ਸੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ